ਤੁਸੀਂ ਮੈਨੂੰ ਉਹ ਵਾਲਾ ਪੋਰਸ਼ਨ ਸਾਰਾ ਸਫਾਈ ਕਰਕੇ ਤੇ ਮੈਨੂੰ ਵੀਡੀਓ ਭੇਜ ਦਿੱਤੀ ਆ। ਬਾਕੀ ਦੀ ਜ਼ਿੰਮੇਵਾਰੀ ਪਾਕਿਸਤਾਨ ਵਾਲਿਆਂ ਦੀ ਹੈ। ਨਹੀਂ ਖਰਾਬ ਹੋ ਨਹੀਂ ਨਹੀਂ ਤੁਹਾਡਾ ਕੰਮ ਚੱਲ ਰਿਹਾ ਜੀ। ਸੁਣ ਲਓ ਅਕਸ਼ਨ ਸਾਹਿਬ ਮੇਰੀ ਗੱਲ ਸੁਣ ਲਓ, ਵੀਰਪਿੰਡ ਦੇ ਗੇਟ ਦੇ ਨਾਲ ਬਿਲਕੁਲ ਕੰਮ ਚੱਲਦਾ ਔਰ ਮੈਂ ਇੱਥੇ ਚੱਲਦਾ ਕੰਮ ਦੇਖ ਕੇ ਰੁਕੀ, ਉਹੀ ਹਾਲ ਉਦਣ ਵਾਲਾ ਅੱਜ ਆ। ਔਰ ਮੈਂ ਮੇਰੀ ਗੱਲ ਸੁਣ ਲਓ, ਜੇ ਤੁਹਾਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਨਾ ਆਉਂਦੀ, ਮੈਂ ਇੱਜ਼ਤ ਕਰਦੀ ਹਾਂ ਕਿ ਵੀ ਸਾਰੇ ਮੁਲਾਜ਼ਮ ਤੁਸੀਂ ਸਾਡੇ ਭੈਣ ਭਰਾ ਹੋ, ਮੈਂ ਉਸ ਤਰੀਕੇ ਨਾਲ ਗੱਲ ਕਰਦੀ। ਜੇ ਨਹੀਂ ਸਮਝ ਆਉਂਦੀ ਮੇਰੇ ਕੋਲੋਂ ਕੋਈ ਉਮੀਦ ਨਾ ਕਰਿਓ। ਤੁਸੀਂ 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 ਹਜੇ ਤਾਂ ਤੁਹਾਡੀ ਪ੍ਰਮੋਸ਼ਨ ਦਾ ਚੱਕਰ ਆ, ਤਾਂ ਤੁਸੀਂ ਆਹੀ ਕੰਮ ਤੁਹਾਡੇ ਕੋਲ ਸੰਭਾਲੇ ਨਹੀਂ ਜਾਂਦੇ। ਕਿਹੜੀ ਸਫਾਈ ਦੇ ਉੱਤੇ ਕੰਮ ਕਰ ਰਹੇ ਹੋ ਤੁਸੀਂ? ਡਿਊਟੀ ਤਾਂ ਤੁਹਾਡੀ ਹੈ ਨਾ। ਐਕਸ਼ਨ ਫੋਨ ਨਾਲ ਜਿਹੜਾ PWD ਨਾਲ ਐਕਸ਼ਨ ਸਾਹਿਬ ਸਤਿ ਸ਼੍ਰੀ ਅਕਾਲ। ਤੁਹਾਡੇ ਨਾਲ ਤੁਸੀਂ ਜਿੱਦਣ ਮੈਂ ਚੈੱਕ ਕਰਕੇ ਗਈ ਰੋਡ ਉਦੋਂ ਫੋਨ ਕੋਲ ਜੀ ਅਜੀ ਵਜੇ ਮੈਡਮ ਚਲ ਗਏ ਅਜੀ ਰੋਟੀ ਫੋਨ ਕਰੀ ਵੀਡੀਓ ਲੈ ਰੋਟੀ ਫੋਨ ਲੱਗ ਰੋ ਫੋਨ ਕਰੀ ਉਹ ਆਉਂਦੇ ਆ ਜੀ। ਡਿਊਟੀ ਤਾਂ ਤੁਹਾਡੀ ਹੈ ਨਾ ਕਿ ਤੁਸੀਂ ਸੜਕਾਂ ਨੂੰ ਚੈੱਕ ਕਰੋ। ਹੈਲੋ ਐਕਸ਼ਨ ਸਾਹਿਬ, ਐਮ ਐਲ ਏ ਸਾਹਿਬ ਨੇ ਕਰਿਆ ਜੀ ਗੱਲ। ਐਕਸ਼ਨ ਸਾਹਿਬ ਸਤਿ ਸ਼੍ਰੀ ਅਕਾਲ। ਤੁਹਾਡਾ ਤੁਸੀਂ ਜਿੱਦਣ ਮੈਂ ਚੈੱਕ ਕਰਕੇ ਗਈ ਰੋਡ ਉਦਣ ਤੁਸੀਂ ਮੈਨੂੰ ਉਹ ਵਾਲਾ ਪੋਰਸ਼ਨ ਸਾਰਾ ਸਫਾਈ ਕਰਕੇ ਤੇ ਮੈਨੂੰ ਵੀਡੀਓ ਭੇਜ ਦਿੱਤੀ ਆ। ਬਾਕੀ ਦੀ ਜ਼ਿੰਮੇਵਾਰੀ ਪਾਕਿਸਤਾਨ ਵਾਲਿਆਂ ਦੀ ਹੈ। ਨਹੀਂ ਖਰਾਬ ਹੋ ਨਹੀਂ ਨਹੀਂ ਤੁਹਾਡਾ ਕੰਮ ਚੱਲ ਰਿਹਾ ਜੀ।
ਕਿਵੇਂ ਸਾਫ ਆ ਮੈਨੂੰ ਸਮਝਾ ਦਿਓ ਕਿਵੇਂ ਸਾਫ ਆ ਮੈਂ ਮੌਕੇ ਤੇ ਖੜੀ ਹਾਂ ਤੁਸੀਂ ਮੈਨੂੰ ਕਿੱਦਾਂ ਕਹਿ ਦਿਓਗੇ ਕਿ ਸਾਫ ਆ ਬਿਲਕੁਲ ਕੋਈ ਦਲਜੀਤ ਨਹੀਂ ਹੈਗਾ ਇੱਥੇ ਕੋਈ ਕੁਛ ਨਹੀਂ ਹੈਗਾ ਇੱਥੇ ਇਕੱਲੇ ਲੇਬਰ ਲੱਗੀ ਹੋਈ ਹੈ ਜਿਹੜੇ ਕੋਈ ਉਹਨਾਂ ਦੇ ਟੈਕਨੀਕਲ ਬੰਦਾ ਵੀ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ ਵੀਰ ਪਿੰਡ ਦੇ ਸੁਣ ਲਓ ਅਕਸ਼ਨ ਸਾਹਿਬ ਮੇਰੀ ਗੱਲ ਸੁਣ ਲਓ ਵੀਰ ਪਿੰਡ ਦੇ ਗੇਟ ਦੇ ਨਾਲ ਬਿਲਕੁਲ ਕੰਮ ਚੱਲਦਾ ਔਰ ਮੈਂ ਇੱਥੇ ਚੱਲਦਾ ਕੰਮ ਦੇਖ ਕੇ ਕਿਉਂਕਿ ਉਹੀ ਹਾਲ ਉਦਣ ਵਾਲਾ ਅੱਜ ਹੈ ਔਰ ਮੈਂ ਮੇਰੀ ਗੱਲ ਸੁਣ ਲਓ ਜੇ ਤੁਹਾਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਨਾ ਆਉਂਦੀ ਮੈਂ ਇੱਜ਼ਤ ਕਰਦੀ ਹਾਂ ਕਿ ਵੀ ਸਾਰੇ ਮੁਲਾਜ਼ਮ ਤੁਸੀਂ ਸਾਡੇ ਭੈਣ ਭਰਾਓ ਮੈਂ ਉਸ ਤਰੀਕੇ ਨਾਲ ਗੱਲ ਕਰਦੀ ਜੇ ਨਹੀਂ ਸਮਝ ਆਉਂਦੀ ਮੇਰੇ ਕੋਲੋਂ ਕੋਈ ਉਮੀਦ ਨਾ ਕਰਿਓ ਤੁਸੀਂ 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 ਹਜੇ ਤਾਂ ਤੁਹਾਡੀ ਪ੍ਰਮੋਸ਼ਨ ਦਾ ਚੱਕਰ ਹੈ ਤਾਂ ਤੁਸੀਂ ਆਹੀ ਕੰਮ ਤੁਹਾਡੇ ਕੋਲ ਸੰਭਾਲੇ ਨਹੀਂ ਜਾਂਦੇ ਨਹੀਂ ਮੈਂ ਮਾਫ਼ ਨਹੀਂ ਕਰਨਾ ਜਿਹਨਾਂ ਚੀਜ਼ਾਂ ਵਾਸਤੇ ਮੈਨੂੰ ਇਹੀ ਜਿੰਨੀ ਭਲਵਾਨਸੀ ਦਿਖਾਈ ਜਾਂਦੇ ਜਿੰਨੀ ਭਲਵਾਨਸੀ ਦਿਖਾਉਂਦੇ ਕਿ ਚਲੋ ਠੀਕ ਆ ਅੱਜ ਸੁਧਰ ਜਾਓਗੇ ਕੱਲ ਸੁਧਰ ਜਾਓਗੇ ਤੁਹਾਡੇ ਤੇ ਚਾਂਸ ਹੀ ਕੋਈ ਨਹੀਂ